ਬਹੁਤ ਸੋਹਣੇ ਲੱਗ ਰਹੇ ਆ। ਸਾਡੀ ਸਾਰਿਆਂ ਤੋਂ ਸੋਹਣੀ ਆ, ਦੇਖੋ ਦੱਸਿਆ ਮੈਨੂੰ ਕਮੈਂਟ ਕਰਕੇ ਕੁੜੀ ਸੋਹਣੀ ਆ ਜਾਂਦੀ ਰਾਤੀ ਨਾ ਸੀ ਕਹੀਏ ਬਾਏ ਸਾਨੂੰ ਕਿ ਪਤਾ ਸੀ ਬਾਏ ਦਾ ਰਿਪਲਾਈ ਕਰੇਗਾ। ਇਹ ਹੁਣ ਨਾ ਇਸ ਟਾਈਮ ਉਹ ਲੈ ਰਹੀ ਆ ਆਪਣੇ ਫੋਟੇਜ ਲੈ ਰਹੀ ਆ ਇਹ ਬਿਗ ਬਾਸ ਸੋਹਣੀ ਨੇ ਬਾਏ ਕਰੀ ਮੇਰੇ ਫੋਨ 'ਚ ਵੀਡੀਓ ਵੀ ਇਹ ਬਿਗ ਬਾਸ ਚੱਲ ਰਿਹਾ ਨਾ ਇਸ ਕਰਕੇ ਇਹਨੂੰ ਐ ਵੀ ਕੈਮਰਾ ਬਸ ਮੇਰੇ ਵੱਲ ਹੀ ਰਵੇ ਘੁੰਗਮ ਗਏ। ਹਾਂ ਗੱਲ ਕਰ ਕੰਟੀਨਿਊ। ਸਾਨੂੰ ਪਤਾ ਨਹੀਂ ਸੀ ਵੀ ਬਾਏ ਦਾ ਰਿਪਲਾਈ ਕਰੂਗਾ, ਅਸੀਂ ਨੂੰ ਆਵਾਜ਼ ਮਾਰੀ ਕਬੀਰ ਬਾਏ ਇੰਨੀ ਸੋਹਣੀ ਉਹ ਵੀ ਰੋਬ ਨਾਲ ਬਾਏ, ਫਿਰ ਉਹ ਰਿਕਾਰਡ ਨਹੀਂ ਹੋਇਆ। ਅਸੀਂ ਦੁਬਾਰਾ ਜਦੋਂ ਰਿਕਾਰਡਿੰਗ ਸਟਾਰਟ ਕਰਤੀ ਉਸ ਤੋਂ ਬਾਅਦ ਇਹਨੇ ਕਿਹਾ ਹੀ ਨਹੀਂ ਕਿੰਨੀ ਦੇਰ, ਫਿਰ ਇਹ ਚਿੜ ਗਿਆ ਕਿ ਮੈਨੂੰ ਬਾਏ 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 ਕਿਉਂ ਕਹੀ ਜਾ ਰਹੀਆਂ ਨੇ, ਫਿਰ ਚਿੜ ਕੇ ਕਹਿੰਦਾ ਬਾਏ ਗੁੱਸੇ ਨਾਲ ਕਿ ਤੂੰ ਕੀ ਕਰ ਲੈਣਾ ਨਾ ਸੁਣ ਰਿਹਾ ਹੁਣ ਦੇਖ ਰਿਹਾ ਕਬੀਰ ਹਾਂ ਜਲਸੀ ਹੋ ਰਹੀ ਆ। ਬਾਕੀ ਉਹ ਮਰੀਜ਼ ਸਾਡਾ ਵਿਚਾਰਾ ਪਿਆ ਉੱਧਰ ਚੰਗੀ ਤਰ੍ਹਾਂ ਕਰਦੀ ਹੈ ਨਾ, ਵਲ ਜੇ ਬਹੁਤ ਪੈ ਜਾਂਦੇ ਨੇ ਪਏ ਪਏ ਨਾ, ਤਾਂ ਆਪਾਂ ਜੋੜ ਕੇ ਰੱਖਦੇ ਫਿਰ ਵੀ ਵਲ ਇਕੱਠੇ ਹੋ ਜਾਂਦੇ ਨੇ। ਹਾਏ ਦੀਦੀ ਕੀ ਹੋ ਗਿਆ, ਕਹਿੰਦੇ ਕੱਲ ਵਾਲੇ ਕੱਪੜੇ ਪਾਏ ਮਿਲਦੀ ਆ ਮੂਜਾ, ਤਾਂ ਫਿਰ ਕੀ ਆ ਤੂੰ ਕਲਰ ਲਗਾਇਆ ਸੀ ਤਾਂ ਤੂੰ ਪਾਏ ਨੇ ਨਾ ਵੀ ਕਲਰ ਨਾ ਲੱਗ ਜਾਏ ਕੱਪੜਿਆਂ ਤੇ। ਤੇ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ, ਕਿਵੇਂ ਹੋ ਸਾਰੇ ਜਣੇ? ਤੇ ਆਪਾਂ ਬਲੌਗ ਦੀ ਸਟਾਰਟਿੰਗ ਕਰ ਲਈ ਸੀਗੀ ਦੁਪਹਿਰ ਤੋਂ, ਤੇ ਬਸ ਹੁਣ ਅਸੀਂ ਨਹਾਉਣ ਜਾ ਰਹੇ ਸੀਗੇ, ਮਤਲਬ ਕੱਪੜੇ ਪੂਜਾ ਹਨਾ ਮੇਰੇ ਪ੍ਰੈਸ ਕਰ ਰਹੀ ਸੀਗੀ, ਤੇ ਅੱਜ ਆਹ ਵਾਲਾ ਸੂਟ ਮੈਂ ਵੇਅਰ ਕਰੂੰਗੀ। ਬਾਕੀ ਤੁਸੀਂ ਬਲੌਗ 'ਚ ਦੇਖ ਲਓ। ਬਾਕੀ ਪੂਜਾ ਦੇ ਗ੍ਰੇ ਹੇਅਰ ਹੋ ਗਏ ਸੀਗੇ ਤੇ ਆਪਾਂ ਪੂਜਾ ਦੇ ਕਲਰ ਲਗਾਇਆ ਸੀਗਾ, ਟੱਚ ਅਪ ਕੀਤਾ ਸੀ ਹੇਅਰਸ ਤੇ, ਤੇ ਬਸ ਹੈਡ ਵਾਸ਼ ਵਗੈਰਾ ਕਰਨਾ ਤੇ ਅਸੀਂ ਜਾ ਰਹੇ ਸੀਗੇ। ਮੈਂ ਕਿਹਾ ਚਲੋ ਬਲੌਗ ਦੀ ਸਟਾਰਟਿੰਗ ਕਰ ਲੈਂਦੇ ਹਾਂ ਜੀ। ਆਪਾਂ ਹੋ ਗਏ ਸੀਗੇ ਰੈਡੀ ਤੇ ਲਿਪਸ਼ੇਡ ਮੈਂ ਲਗਾ ਲਿਆ ਸੀ, ਸਨਸਕ੍ਰੀਨ ਵੀ ਲਗਾ ਲਈ ਤੇ ਡੇ ਕਰੀਮ ਲਗਾ ਲਈ, ਹੋਰ ਮੈਂ ਕੁਛ ਨਹੀਂ ਕੀਤਾ ਹੈਗਾ ਜਿਵੇਂ ਤੁਹਾਨੂੰ ਪਤਾ ਮੈਂ ਕੋਈ ਮੇਕਅਪ ਨਹੀਂ ਕਰਦੀ। ਤੇ ਸੂਟ ਮੈਂ ਆਪਣਾ ਵੇਅਰ ਕਰ ਲਿਆ ਅੱਜ ਇਹ ਵਾਲਾ, ਬਾਕੀ ਤੁਹਾਨੂੰ ਆਪਾਂ ਅੱਗੇ ਹੈ ਨਾ ਦਿਖਾਉਂਦੇ ਹਾਂ ਵੀ ਲੁੱਕ ਕਿੱਦਾਂ ਦੀ ਲੱਗ ਰਹੀ ਆ। ਤੇ ਬਸ ਹੁਣ ਆਪਾਂ ਚੱਲਦੇ ਹਾਂ ਤੇ ਇੱਥੇ, ਟਾਈਮ ਸ਼ਾਮ ਦੇ 4 ਵੱਜ ਰਹੇ ਨੇ, ਠੀਕ ਹੈ? ਕਾਫੀ ਲੇਟ ਹੋ ਗਏ ਕਿਉਂਕਿ ਘਰੇ ਕੋਈ ਆ ਗਿਆ ਸੀਗਾ ਗੈਸਟ, ਉਹਦੇ ਕਰਕੇ ਫਿਰ ਅਸੀਂ ਬਲੌਗ ਅੱਗੇ ਕੰਟੀਨਿਊ ਨਹੀਂ ਕੀਤਾ ਹੈਗਾ। ਤੇ ਵਾਲ ਵੂਲ ਮੈਂ ਆਪਣੇ ਕਰ ਲਏ ਨੇ, ਅੱਜ ਮੈਂ ਆਪਣਾ ਹੈੱਡ ਵਾਸ਼ ਕੀਤਾ ਸੀਗਾ ਜਿਵੇਂ ਤੁਹਾਨੂੰ ਮੈਂ ਰਾਤ ਲਾਈਵ 'ਚ ਦੱਸਿਆ ਸੀਗਾ ਕਿ ਮੇਰੇ ਹੇਅਰ ਨੇ ਬਹੁਤ ਜ਼ਿਆਦਾ ਹੈ ਨਾ ਧੋਣ ਵਾਲੇ ਹੋਏ ਪਏ ਸੀਗੇ, ਤੇ ਵੀਰਵਾਰ ਨੂੰ ਮੈਂ ਹੈੱਡ ਵਾਸ਼ ਨਹੀਂ ਕਰਦੀ ਹੁੰਦੀ, ਇਸ ਕਰਕੇ ਫਿਰ ਮੈਂ ਅੱਜ ਫਰਾਈਡੇ ਦਾ ਇਹ ਬਲੌਗ ਆ ਤੇ ਫਰਾਈਡੇ ਨੂੰ ਆਪਣਾ ਹੇਅਰ ਵਾਸ਼ ਕੀਤੇ ਨੇ।
ਬਸ ਸਹੀ ਹੈ ਨਾ ਇੱਦਾਂ ਹੀ। ਚਲੋ ਜੀ ਆਪਾਂ ਹੁਣ ਚੱਲ ਰਹੇ ਹਾਂ, ਕਾਫੀ ਲੇਟ ਹੋ ਗਏ ਅਤੇ ਆਪਾਂ ਤੁਹਾਨੂੰ ਚੱਲਦੇ ਹਾਂ ਸਕੂਟੀ 'ਤੇ ਜਾਣਾ, ਦੇਖ ਲਓ ਇੰਨਾ ਤਿਆਰ ਹੋ ਗਿਆ ਸਕੂਟੀ ਤੇ ਜਾਣਾ ਚਾਬੀ। ਦਿਸ ਇਜ਼ ਮਾਈ ਫਾਈਨਲ ਲੁੱਕ। ਰੁਕ ਜੋ, ਹਨੇਰਾ ਆ ਰਿਹਾ ਹੁਣ ਦਿਖਾਓ। ਸਹੀ ਹੈ, ਹਮ ਜਾ ਰਹੇ ਹੈ। ਮਿੱਟੀ ਆਇਆ ਨਾ ਮੀਂਹ ਕਰਕੇ ਬਾਹਰੋਂ। ਮੌਸਮ ਕਿੰਨਾ ਸੋਹਣਾ ਸੀ, ਬਹੁਤ ਮਜ਼ਾ ਆ ਰਿਹਾ ਗਾਈਸ, ਇਹਨਾਂ ਦੇ ਮੌਸਮ 'ਚ ਨਾ ਘੁੰਮਣ 'ਚ ਬਹੁਤ ਮਜ਼ਾ ਆਉਂਦਾ। ਹੁਣ ਆਪਾਂ ਗਰਮੀ ਕਰਕੇ ਨਾ ਨਿਕਲਦੇ ਨਹੀਂ ਸੀ, ਪਰ ਫਿਰ ਅੱਜ ਅਸੀਂ ਟਾਈਮ ਕੱਢ ਕੇ ਅਸੀਂ ਆਈ ਗਏ ਸੀ ਐਵੇਂ ਤਾਂ ਅੱਜ ਕੱਲ੍ਹ ਹੋਈ ਜਾਣੀ ਵੀ ਚੱਲਦੇ ਹਾਂ। ਕਿੰਨਾ ਅੱਛਾ ਲੱਗ ਰਿਹਾ ਨਾ ਸਾਰਾ ਕੁਛ ਦੇਖੋ ਤਾਂ। ਗਾਈਜ਼ ਇਹ ਦੇਖੋ ਬਹੁਤ ਸੋਹਣੀ ਪਾਰਕ ਹੈ, ਇੱਥੇ ਝੂਲੇਜ਼ ਨੇ ਹੈ ਨਾ, ਝੂਲੇਜ਼ ਕਹਿ ਰਹੀ ਹਾਂ, ਇੱਥੇ ਝੂਲੇ ਨੇ ਮਤਲਬ ਹੈ ਨਾ, ਬਹੁਤ ਵਧੀਆ ਸਾਰਾ ਕੁਛ ਬਣਿਆ ਹੋਇਆ, ਜਿੱਦਾਂ ਛੋਟੇ ਬੱਚੇ ਆ ਜਾਂਦੇ ਨੇ ਸ਼ਾਮ ਨੂੰ ਹੈ ਨਾ, ਅਤੇ ਵਧੀਆ ਮਤਲਬ ਇੱਥੇ ਨਾ ਈਵਨਿੰਗ 'ਚ ਸ਼ਾਮ ਨੂੰ ਘੁੰਮਣ ਵਾਸਤੇ ਦਾ ਬਹੁਤ ਹੀ ਵਧੀਆ, ਮਤਲਬ ਫੈਮਲੀਜ਼ ਆਉਂਦੀਆਂ ਨੇ ਇੱਥੇ ਹੈ ਨਾ, ਕਾਫੀ ਲੋਕ ਆਉਂਦੇ ਨੇ ਇੱਥੇ, ਰੀਲਸ ਵਗੈਰਾ ਬਣਾ ਕੇ ਲੈ ਕੇ ਜਾਂਦੇ ਨੇ, ਵੀਡੀਓਜ਼ ਬਣਾਉਂਦੇ ਨੇ, ਅਤੇ ਇਸੇ ਕਰਕੇ ਫਿਰ ਅਸੀਂ ਕਿਹਾ ਅਸੀਂ ਵੀ ਚਲੇ ਜਾਂਦੇ ਹਾਂ ਹੈ ਨਾ, ਅਸੀਂ ਕਿਉਂ ਪਿੱਛੇ ਰਹੀਏ। ਵੈਸੇ ਆਏ ਸੀ ਅਸੀਂ 2 ਸਾਲ ਪਹਿਲਾਂ ਵੀ ਆਏ ਸੀਗੇ, ਉਦੋਂ ਅਸੀਂ ਮਤਲਬ ਮੈਂ ਉਦੋਂ ਬਲੋਗਿੰਗ ਨਹੀਂ ਕਰਦੀ ਹੁੰਦੀ ਸੀਗੀ, 2 ਸਾਲ ਪਹਿਲਾਂ ਦੀ ਗੱਲ ਹੈ, 3 ਸਾਲ ਪਹਿਲਾਂ ਦੀ ਗੱਲ, ਅਤੇ ਉਦੋਂ ਮੈਂ ਬਲੋਗਿੰਗ ਨਹੀਂ ਕਰਦੀ ਸੀ, ਉਦੋਂ ਆਏ ਸੀਗੇ। ਹੱਥ ਪਾ ਕੇ ਨਾ ਵਿੱਚ ਦੀ ਫੇਰ ਬੈਠੇ ਹੋਊਗਾ, ਆਪਣੇ ਡਰੈਸਿਸ ਹੋ ਰਹੇ ਨੇ, ਸਲਿੱਪ ਹੋ ਰਹੇ, ਉੱਥੇ ਬਹਿਣੇ ਆ, ਜਦੋਂ ਇਹ ਚੇਂਜ ਕਰਤੇ ਨਾ, ਹੁਣ ਪਹਿਲਾਂ ਹੋਰ ਸੀਗੇ। ਬੈਠੇ ਜਾਊਗਾ, ਹੱਥ ਕੱਢੋ ਪਹਿਲਾਂ ਇੱਧਰ ਦੀ, ਬੈਠੇ ਜਾਂਦਾ ਦੀਦੀ ਜਦੋਂ ਫੜ ਪਿੱਛੋਂ ਆ ਕੇ।
ਨਹੀਂ ਸਪੋਰਟ ਲੈ ਕੇ ਨਾ ਐਵੇਂ ਪੁਸ਼ ਕਰੋ ਪੈਰਾਂ ਤੋਂ ਆਪਣੇ ਡਰੈਸ ਭੁੱਲ ਗਏ ਨਾ ਤਿਲਕਣ ਵਾਲਾ ਨਾ ਫਿਰ ਉਹਦੇ ਕਰਕੇ ਮੈਂ ਸਲਿਪ ਹੋਈ ਆ ਰਹੀ ਸੀ ਮੈਂ ਕੀ ਕਰਾਂ ਸੱਟ ਲੱਗ ਗਈ ਐਵੇਂ ਲੱਗ ਰਿਹਾ ਕੋਈ ਗਾਣੇ ਦੀ ਸ਼ੂਟਿੰਗ ਕਰਨ ਆਏ ਹੋਏ ਆਪਾਂ ਬਹੁਤ ਸੋਹਣੇ ਲੱਗ ਰਹੇ ਆ ਲੋਕੇਸ਼ਨ ਵੀ ਨਾ ਪੂਰੇ ਵੀ ਨਹੀਂ ਖੇੜਾ ਛੱਡਿਆ ਮੇਰਾ ਗਾਇਜ਼ ਮੈਨੂੰ ਨਾ ਆਪਣੇ ਸਨ ਗਲਾਸਿਸ ਸਭ ਤੋਂ ਜ਼ਿਆਦਾ ਸੋਹਣੇ ਲੱਗਦੇ ਨੇ ਵੈਸੇ ਮੇਰੇ ਕੋਲ 4-5 ਨੇ ਮਤਲਬ ਹੈਗੇ ਸੀ ਹੋਰ ਵੀ ਉਹ ਮੈਂ ਫਿਰ ਦੇ ਦਿੱਤੇ ਸੀਗੇ ਇੱਕ ਮੈਂ ਸਿਸਟਰ ਨੂੰ ਦੇ ਦਿੱਤਾ ਸੀਗਾ ਅਤੇ ਇੱਕ ਪਤਾ ਨਹੀਂ ਕੌਣ ਲੈ ਗਿਆ ਸੀਗਾ ਅਤੇ ਸਭ ਤੋਂ ਫੇਵਰੇਟ ਮੇਰੇ ਇਹੀ ਵਾਲੇ ਸਨ ਗਲਾਸਿਸ ਨੇ ਮੈਂ ਸਭ ਤੋਂ ਜ਼ਿਆਦਾ ਅਗਰ ਹੈ ਨਾ ਵੇਅਰ ਕਰਦੀ ਹਾਂ ਮਤਲਬ ਮੇਰੇ ਸੂਟ ਨਾ ਇਹੀ ਕਰ ਦਿੰਦੇ ਮੇਰੀ ਲੁੱਕ 'ਤੇ ਅਤੇ ਬਸ ਅਸੀਂ ਬੈਠੇ ਹੁਣ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਸ ਅਸੀਂ ਰੀਲਸ ਬਣਾ ਲਈਆਂ ਸੀ ਇੱਕੋ ਰੀਲ ਬਣਾਈ ਆ ਮਤਲਬ ਪ੍ਰੋਪਰ ਜਿਵੇਂ ਸਾਨੂੰ ਚਾਹੀਦਾ ਸੀ ਉਵੇਂ ਹੋ ਨਹੀਂ ਰਿਹਾ ਹੈਗਾ ਪਤਾ ਨਹੀਂ ਸਾਨੂੰ ਕੈਮਰਾ ਐਂਗਲ ਨਹੀਂ ਸਹੀ ਲੈਣਾ ਆ ਰਿਹਾ ਹੈਗਾ ਅਤੇ ਮਤਲਬ ਠੀਕ ਆ ਬਸ ਮਰ ਜਾਣਾ ਬਾਕੀ ਬੱਚੇ ਇੱਥੇ ਖੇਡ ਰਹੇ ਨੇ ਅਤੇ ਮੈਂ ਵੈਸੇ ਬਹੁਤ ਇੱਦਾਂ ਹੈ ਨਾ ਘੱਟ ਆਉਂਦੀ ਜਾਂਦੀ ਹਾਂ ਮੈਨੂੰ ਇੰਨਾ ਸ਼ੌਂਕ ਨਹੀਂ ਹੈਗਾ ਉੱਦਾਂ ਮੈਂ ਜਿੱਦਾਂ ਹੋਰ ਕਿਤੇ ਦੂਰ ਆਪਾਂ ਟਰੈਵਲ ਕਰਨਾ ਹੋਵੇ ਹੈ ਨਾ ਫਿਰ ਮੈਨੂੰ ਹੁੰਦਾ ਇੱਦਾਂ ਮੈਂ ਮਤਲਬ ਬਹੁਤ ਘੱਟ ਹੀ ਆ ਕੇ ਰਾਜ਼ੀ ਹਾਂ ਇਹਨਾਂ ਨੂੰ ਬਹੁਤ ਰਹਿੰਦਾ ਹੈ ਨਾ ਤੁਸੀਂ ਜਾਂਦੇ ਨਹੀਂ ਦੀ ਤੁਸੀਂ ਚੱਲੋ 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 ਅੱਜ ਵੀ ਇਹਨੇ ਮੈਨੂੰ ਕਿਹਾ ਵੀ ਦੀਦੀ ਚੱਲਦੇ ਹਾਂ ਨਾ ਆਪਾਂ ਘਰੇ ਬੈਠੇ ਰਹਿੰਦੇ ਹਾਂ ਵੀ ਕੀ ਕਰਦੇ ਹਾਂ ਵੀ ਚਲੋ ਚੱਲਦੇ ਹਾਂ ਫਿਰ ਆਪਾਂ ਤਾਂ ਕਰਕੇ ਆ ਗਏ ਸੀਗੇ ਮੈਂ ਕਿਹਾ ਚਲੋ ਨਾਲੇ ਆਪਾਂ ਤੁਹਾਨੂੰ ਦਿਖਾ ਦਾਂਗੇ ਹੈ ਨਾ ਤਾਂ ਕਰਕੇ ਗਾਇਸ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਕੋਈ ਮਿੱਠਾ ਜਿਹਾ ਸੌਂਗ ਹੋਇਆ ਜੀ ਆਸ਼ੂ ਕਿੰਨੀਆਂ ਫੜਦਾ ਸੀਗਾ
ਗਾਇਸ ਦੱਸਦੀ ਹੈ ਆਸ਼ੂ ਸਾਡੇ ਬ੍ਰਦਰ ਦਾ ਨਾਮ ਹੈ, ਉਹ ਬਹੁਤ ਪੜਦਾ ਹੁੰਦਾ ਸੀ। ਬਾਕੀ ਛੋਟੇ ਛੋਟੇ ਝੂਲੇ ਲਗਾ ਰੱਖੇ ਨੇ ਬੱਚਿਆਂ ਵਾਸਤੇ, ਇਹਨਾਂ ਨੇ ਬਹੁਤ ਵਧੀਆ ਲੱਗ ਰਿਹਾ। ਚਲੋ ਲੋਕੇਸ਼ਨ ਬਹੁਤ ਸੋਹਣੀ ਆ ਰਹੀ ਹੈ, ਨੀਚੇ ਗ੍ਰੀਨ ਗ੍ਰੀਨ ਉੱਪਰ ਆਸਮਾਨ। ਓ ਦੀਦੀ ਵਾਹ, ਉਹ ਤਾਂ ਪਹਿਲਾਂ ਵਾਲਾ ਟਾਈਮ ਯਾਦ ਆ ਗਿਆ, ਦੇਖੋ ਕੰਚੇ ਬੰਟੇ ਖੇਡ ਰਹੇ ਕੰਚੇ, ਪਹਿਲਾਂ ਵਾਲਾ ਟਾਈਮ ਕੀ, ਮੈਂ ਤਾਂ ਹੁਣ ਵੀ ਖੇਡਦੀ ਹਾਂ। ਪਹਿਲਾਂ ਦੇ ਸਮੇਂ 'ਚ ਬਹੁਤ ਸਾਰੀਆਂ ਇਹ ਚੀਜ਼ਾਂ ਹੁੰਦੀਆਂ ਸੀ, ਹੁਣ ਅੱਜ ਕੱਲ੍ਹ ਦੇ ਬੱਚੇ ਤਾਂ ਆਪਣੇ ਆਪਣੇ ਫੋਨਾਂ 'ਚ ਵੜੇ ਹੋਏ ਨੇ, ਹੈ ਨਾ। ਮੰਨ ਲਓ ਇੱਕ ਘਰ 'ਚ ਅਗਰ 4G ਨੇ ਤਾਂ 4 ਕੋਲ ਅਲੱਗ ਅਲੱਗ ਫੋਨ ਹੋਣਗੇ, ਹੈ ਨਾ। ਉਹਨਾਂ ਕੋਲ ਇੰਨਾ ਕੁ ਵੀ ਟਾਈਮ ਨਹੀਂ ਹੈਗਾ ਕਿ ਆਪਾਂ ਕਿਸੇ ਨੇ ਬਹਿ ਕੇ ਹੱਸ ਕੇ ਗੱਲ ਵੀ ਕਰ ਸਕੀਏ, ਆਪਣੇ ਆਪਣੇ ਫੋਨਾਂ 'ਚ ਹੁੰਦੇ ਨੇ ਸਾਰੇ। ਮਤਲਬ ਬਹੁਤ ਕੁਛ ਨਾ ਚੇਂਜ ਹੋ ਗਿਆ, ਬਹੁਤ ਸਮਾਂ ਚੇਂਜ ਹੋ ਗਿਆ। ਪਹਿਲਾਂ ਤਾਂ ਸਮੇਂ 'ਚ ਪਿਆਰ ਹੀ ਬਹੁਤ ਹੁੰਦਾ ਸੀਗਾ, ਹੁਣ ਤਾਂ ਰਿਸ਼ਤੇ ਸਾਰੇ ਮਤਲਬ ਹੀ ਰਹਿ ਗਏ ਨੇ। ਅਤੇ ਬਚਪਨ ਜਿਹੜਾ ਹੁੰਦਾ ਬਹੁਤ ਯਾਦ ਆਉਂਦਾ, ਹੈ ਨਾ। ਅਤੇ ਹੁਣ ਦੇ ਦੇਖ ਲਓ ਬੱਚੇ ਕਿੱਦਾਂ ਦੇ ਨੇ ਸਾਰੇ, ਬਸ ਟਾਈਮ ਟਾਈਮ ਦੀ ਗੱਲ ਆ। ਚਲ ਖਾਣਾ ਕੁਛ ਨਹੀਂ ਦੀਦੀ, ਬਣਾ ਲਾ ਠੀਕ ਹੈ। ਹਾਂਜੀ ਫੈਮਲੀ, ਮੈਂ ਸਕੂਟਰੀ ਚਲਾ ਰਹੀ ਹਾਂ, ਨਾਲ ਨਾਲ ਮੈਂ ਸ਼ੂਟ ਕਰ ਰਹੀ ਹਾਂ। ਭੁੱਲ ਗਈ ਕੱਪੜੇ ਨਾਮ ਕੀ ਸੀਗਾ ਨਾ, ਪਤਾ ਨੀ ਕਿਹੜੀ ਸਿਲਕ ਆ, ਤੇ ਪ੍ਰੋਪਰ ਐ ਫਿਟਿੰਗ ਹੋ ਗਿਆ ਨਾ, ਫੇਰ ਕਾਫੀ ਲੂਜ਼ ਜਿਹਾ ਲੱਗਦਾ, ਛੋਟੀਆਂ ਜਿਹੀ ਗੱਲ ਲੱਗ ਨਹੀਂ ਰਿਹਾ। ਮੈਂ ਪਿਆਰ ਸੀਗਾ, ਮੈਂ ਕਿਹਾ ਚਲ ਅੱਜ ਪਾ ਲੈਂਦੇ ਆ, ਮੈਂ ਜੁੱਤੀਆਂ ਰੱਖਿਆ ਮੈਨੂੰ ਅੰਦਰ ਵੀ। ਲਓ ਜੀ ਆਪਾਂ ਘਰੇ ਆ ਗਏ, ਕਿਉਂ ਆ ਗਏ ਪਤਾ ਨਹੀਂ ਕਿਉਂ ਆ ਗਏ ਘਰੇ ਆ ਗਏ, ਬਸ ਵੀਡੀਓਸ ਵਗੈਰਾ ਬਣਾਈਆਂ ਨੇ। ਗਾਇਸ ਦੀਦੀ ਬੀਪੀ ਕਹਿੰਦੀ, ਦੀਦੀ ਦਾ ਬੀਪੀ ਹਾਈ ਹੋ ਗਿਆ ਸੀ ਇਸ ਕਰਕੇ ਆ ਗਏ। ਕਿਆ ਕਰ ਰਹੇ ਹੋ ਦੀਦੀ? ਗਾਇਸ ਅਸੀਂ ਫਰੂਟ ਲੈ ਕੇ ਆਏ ਸੀਗੇ, ਉਹ ਅਸੀਂ ਸ਼ੂਟ ਹੀ ਨਹੀਂ ਕੀਤਾ। ਅਤੇ ਮੈਂ ਨਾ ਪਾਈਨਐਪਲ ਬਹੁਤ ਜ਼ਿਆਦਾ ਖਾਂਦੀ, ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ, ਅਤੇ ਮੈਂ ਪਾਈਨਐਪਲ ਲੈ ਕੇ ਆਈ ਸੀਗੀ, ਹੈ ਨਾ। ਪੂਜਾ ਵਾਸਤੇ ਪਪੀਤਾ ਅਤੇ ਮੰਮੀ ਵਾਸਤੇ ਐਪਲ, ਵੈਸੇ ਐਪਲ ਤਾਂ ਅਸੀਂ ਸਾਰੇ ਹੀ ਖਾ ਲੈਂਦੇ ਹਾਂ, ਪਪੀਤਾ ਪੂਜਾ ਖਾਂਦੀ ਹਾਂ, ਮੈਂ ਵੀ ਖਾ ਲੈਂਦੀ ਹਾਂ। ਮਤਲਬ ਉੱਦਾਂ ਤੁਹਾਨੂੰ ਦੱਸ ਰਹੇ ਵੀ ਚੋਇਸ, ਪ੍ਰੀਤ ਕੋਈ ਫਰੂਟ ਖਾਂਦਾ ਨਹੀਂ, ਅਸੀਂ ਕਿੰਨੀਆਂ ਫਰੂਟ ਖਾਣ ਵਾਲੇ, ਉਹ ਖਾਂਦਾ ਹੁੰਦਾ
ਜਿਵੇਂ ਸੀਜ਼ਨਲ ਫਰੂਟ ਹੁੰਦਾ ਗਰਮੀਆਂ 'ਚ ਨਾ ਅੰਬ ਹੁੰਦਾ, ਅੰਬ ਬਹੁਤ ਖਾਂਦਾ ਉਹ, ਅਮਰੂਦ ਖਾ ਲੈਂਦਾ, ਅਤੇ ਮੈਂ ਮਤਲਬ ਪਪੀਤਾ ਵੀ ਖਾ ਲੈਂਦੀ ਹਾਂ, ਪਾਇਆ ਸਭ ਤੋਂ ਜ਼ਿਆਦਾ ਖਾਂਦੀ ਹਾਂ। ਇੱਕ ਮੈਨੂੰ ਕੱਚਾ ਨਾਰੀਅਲ ਖਾਣਾ ਬਹੁਤ ਪਸੰਦ ਆ, ਕੱਚਾ ਨਾਰੀਅਲ ਹੁੰਦਾ ਨਾ ਜਿਹੜਾ ਉਹ ਖਾਣਾ ਅੱਗੇ ਉਹਦੀਆਂ ਮਤਲਬ ਉਹ ਹੁੰਦੀਆਂ ਨੇ ਫਾੜੀਆਂ ਹੈ ਨਾ, ਬਹੁਤ ਟੇਸਟੀ ਲੱਗਦੀਆਂ ਨੇ, ਅਤੇ ਮੈਂ ਨਾਰੀਅਲ ਪਾਣੀ ਬਹੁਤ ਟੇਸਟੀ ਲੱਗਦਾ, ਮਤਲਬ ਐਵੇਂ ਕੁਛ ਕੁਛ ਚੀਜ਼ਾਂ ਨੇ। ਹਾਂ ਸੱਚ, ਤੁਸੀਂ ਕਹਿ ਰਹੇ ਸੀ ਵੀ ਤੁਹਾਡੀ ਸਕਿਨ ਇੰਨੀ ਗਲੋ ਕਰਦੀ ਆ, ਮੇਰੀ ਸਕਿਨ ਗਲੋ ਦਾ ਰਾਜ਼ ਪਤਾ ਕੀ ਆ, ਕਿਉਂਕਿ ਮੈਂ ਨਾਰੀਅਲ ਪਾਣੀ ਬਹੁਤ ਪੀਤਾ ਮਤਲਬ ਗਰਮੀਆਂ ਦੇ ਵਿੱਚ ਨਾ, ਅਤੇ ਮੈਨੂੰ ਨਾਰੀਅਲ ਜਿੱਦਾਂ ਹੁਣ ਲੋਕ ਜੂਸ ਵਗੈਰਾ ਪੀ ਲੈਂਦੇ ਨੇ ਨਾ, ਜੂਸ ਪੀ ਲੈਂਦੇ ਨੇ, ਮੈਂ ਜੂਸ ਨਹੀਂ ਪੀਂਦੀ ਹੁੰਦੀ, ਮੈਂ ਨਾਰੀਅਲ ਪਾਣੀ ਪੀਂਦੀ। ਨਾਰੀਅਲ ਪਾਣੀ ਤੁਸੀਂ ਮੈਨੂੰ ਜਿੰਨਾ ਮਰਜ਼ੀ ਦੇ ਲਓ ਮੈਂ ਉਨਾ ਹੀ ਪੀ ਲਉਂਗੀ, ਬਹੁਤ ਟੇਸਟੀ ਲੱਗਦਾ, ਅਤੇ ਨਾਰੀਅਲ ਪਾਣੀ ਨਾਲ ਆਪਣੀ ਸਕਿਨ ਵੀ ਗਲੋ ਕਰਦੀ ਆ। ਚਲੋ ਹੁਣ ਆਪਾਂ ਫਰੂਟ ਹੈ ਨਾ ਫਰਿੱਜ 'ਚ ਰੱਖ ਦਿੰਦੇ ਹਾਂ, ਅਤੇ ਹਾਂਜੀ ਬਾਕੀ ਅੱਜ ਆਪਾਂ ਡਿਨਰ ਕੁਛ ਬਣਾਉਣਾ ਨਹੀਂ, ਬਾਹਰ ਮੇਰਾ ਦੇਖੋ ਕਿੰਨਾ ਜ਼ਿਆਦਾ ਹੋ ਗਿਆ, ਅਤੇ ਇਸ ਕਰਕੇ ਇਹ ਵਲੌਗ ਆ ਜਿਹੜਾ ਹੈ ਨਾ ਤੁਹਾਨੂੰ ਕੱਲ੍ਹ ਜਾਊਗਾ, ਕਿਉਂਕਿ ਫਿਰ ਹੁਣ ਟਾਈਮ ਬਹੁਤ ਥੋੜ੍ਹਾ ਹੋ ਗਿਆ, ਮਤਲਬ 7:30 ਦਾ ਟਾਈਮ ਆ ਹੈ ਨਾ, ਇਸ ਕਰਕੇ ਤਾਂ ਕਰਕੇ ਬਸ ਹੁਣ ਆਪਾਂ ਫਰਿੱਜ 'ਚ ਰੱਖ ਦਾਂਗੇ ਇਹਨਾਂ ਨੂੰ, ਠੀਕ ਹੈ ਫਰੂਟਸ ਨੂੰ। ਅਤੇ ਬਾਕੀ ਲੀਲੀ ਭੁੱਖੜ ਦੇਖ ਲਓ ਕਿਵੇਂ ਦੇਖ ਰਹੀ ਆ, ਇਹਨਾਂ ਹੁੰਦਾ ਪਤਾ ਨਹੀਂ ਕੀ ਮਿਲੂ ਖਾਣ ਨੂੰ। ਛੱਡ ਕੁੜੀ ਮੈਨੂੰ ਕੱਪੜੇ ਚੇਂਜ ਕਰਦੇ, ਮੈਂ ਵੈਸੇ ਜੀ ਤਾਂ ਨਹੀਂ ਮੇਰਾ ਕਰ ਰਿਹਾ ਕੱਪੜੇ ਬਦਲ ਨੂੰ, ਲਾਈਵ ਐ ਵੀ ਆਇਆ ਅੱਜ, ਮੈਂ ਸੋਚ ਰਹੀ ਐਵੇਂ ਆਇਆ ਆਪਾਂ ਸੂਟ ਬੜਾ ਕੁੱਤਾ, ਹਾਂ ਮੈਂ ਕਿਹੜਾ ਸੂਟ ਦਿਖਾਉਣਾ ਪੂਰਾ ਪਾਪਰ, ਬਾਕੀ ਦੇਖ ਲਿਲੀ 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 ਅਸੀਂ ਲੜ ਪਈਆਂ, ਲਿਲੀ ਲਿਲੀ ਅਸੀਂ ਲੜ ਪਈਆਂ, ਲਿਲੀ ਚਲੋ ਫੈਮਿਲੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਹਾਂ, ਵਲੌਗ ਫਿਰ ਆਪਣਾ ਬਹੁਤ ਜ਼ਿਆਦਾ ਲੈਂਥੀ ਹੋ ਜਾਣਾ, ਠੀਕ ਹੈ ਅੱਜ ਦੇ ਵਲੌਗ ਦਾ ਭੈਣ ਇੱਥੇ ਕਰਦੇ ਹਾਂ। ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਆ ਜਿਹੜਾ ਵਧੀਆ ਲੱਗਿਆ ਹੋਣਾ ਹੈ ਨਾ, ਅਤੇ ਜੇ ਥੋੜ੍ਹਾ ਜਿਹਾ ਵਧੀਆ ਲੱਗਿਆ ਹੋਵੇ, ਕੁਛ ਵੀ ਵਧੀਆ ਲੱਗਿਆ ਹੋਵੇ, ਕੁਛ ਵੀ ਵਧੀਆ ਲੱਗਿਆ ਹੋਵੇ ਵਲੌਗ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਹੈ ਨਾ, ਆਪਣੀ ਫੈਮਿਲੀ ਅਤੇ ਫਰੈਂਡਸ ਨਾਲ ਸ਼ੇਅਰ ਕਰ ਦਿਆ ਕਰੋ, ਅਤੇ ਮੈਨੂੰ ਦੱਸ ਦਿਆ ਕਰੋ ਹੈ ਨਾ ਮੈਂ ਕਿੱਦਾਂ ਦੇ ਵਲੌਗ ਲੈ ਕੇ ਮੈਂ, ਬਾਕੀ ਮੇਰੇ ਸੂਟ ਕਿਵੇਂ ਦਾ ਲੱਗ ਰਿਹਾ ਦੱਸੋ, ਥੋੜ੍ਹਾ ਖੁੱਲ੍ਹਾ ਹੈ ਅਤੇ ਇਸ ਕਰਕੇ ਥੋੜ੍ਹੀ ਮੈਂ ਜ਼ਿਆਦਾ ਮੋਟੀ ਲੱਗ ਰਹੀ, ਕਿਉਂਕਿ ਮੈਂ ਪਹਿਲਾਂ ਬਹੁਤ ਮੋਟੀ ਹੁੰਦੀ ਸੀਗੀ, ਥੋੜ੍ਹਾ ਦੇਖੋ ਥੋੜ੍ਹਾ ਨਹੀਂ ਬਹੁਤ ਜ਼ਿਆਦਾ ਲੂਜ਼ ਆ, ਅਤੇ ਮੈਨੂੰ ਕਮੈਂਟ ਕਰਕੇ ਦੱਸੋ ਮੇਰਾ ਸੂਟ ਤੁਹਾਨੂੰ ਕਿਵੇਂ ਲੱਗਿਆ ਹੈ ਨਾ। ਚਲੋ ਆਪਾਂ ਮਿਲਾਂਗੇ ਨਵੇਂ ਵਲੌਗ ਦੇ ਵਿੱਚ, ਗਾਈਜ਼ ਦੇਖੋ ਲਿਲੀ, ਬਾਏ ਗਾਈਜ਼ ਦੇਖੋ ਕਿਵੇਂ ਮੰਮੀ ਇੱਧਰ ਕਰੋ, ਹਾਂ 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 ਦੀ ਤੁਹਾਡੇ ਕਰਕੇ ਨਹੀਂ ਕਰਦੀ ਹੈ ਮੈਂ, ਚਲੋ